ਬਾਬੇ ਦੇ 550 ਸਾਲਾਂ ਦੇ ਉੱਪਰ ਗੱਲਾਂ ਖੋਣ ਕਿ ਬਾਬਾ ਉਸ ਸਮੇਂ ਦੀਆਂ ਹਕੂਮਤਾਂ ਨੂੰ ਤੁਸੀਂ ਕੁੱਤੇ ਵੀ ਕਹਿ ਦਿੱਤਾ ਤੇ ਅਸੀਂ ਅੱਜ ਰਲ ਮਿਲ ਕੇ ਚੱਲਦੇ ਆ ਬੜੇ ਬੀਬੇ ਬੱਚੇ ਬਣ ਗਏ ਆ ਅਕੋ ਸਤਨਾਮ ਸ੍ਰੀ ਵਾਹਿਗੁਰੂ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਬਿਆਨ ਆਉਂਦੇ ਨੇ ਧਿਆਨ ਦੇ ਕੇ ਸੁਣਿਆ ਜੇ ਵੀ ਅਸੀਂ ਅਜੋਗੀ ਹਕੂਮਤ ਦਾ ਸਮਰਥਨ ਕਰਦੇ ਹਾਂ ਤੇ ਸਿੱਖ ਸੰਗਤ ਨੂੰ ਵੀ ਕਹਿੰਦੇ ਆ ਇਹਨਾਂ ਦਾ ਸਮਰਥਨ ਕੀਤਾ ਜਾਵੇ ਮੈਂ ਕਹਿੰਦਾ ਵੀ ਜੇ ਗੁਰੂ ਨਾਨਕ ਦੇ ਸਿੱਖ ਹੋ ਤੇ ਅੱਜ ਦੇ ਬਾਬਰਾਂ ਨੂੰ ਜਾਬਰ ਕਹਿਣ ਦੀ ਜ਼ਰੂਰਤ ਕਿਉਂ ਨਹੀਂ ਰੱਖਦੇ ਜੇ ਇੱਕ ਸਰਕਾਰ ਵਾਲੇ ਬੇਅਦਬੀ ਹੋਈ ਤੇ ਦੂਜੀ ਸਰਕਾਰ ਤੇ ਬਦਲ ਗਈ ਸੀ ਨਾ ਉਹ ਸਰਕਾਰ ਬਦਲ ਗਈ ਦੂਜੀ ਸਰਕਾਰ ਨੇ ਆ ਕੇ ਕੀ ਕੀਤਾ ਚੇਤੇ ਰੱਖਿਆ ਜੇ ਅੱਜ ਅਸੀਂ ਭੁੱਲ ਗਏ ਅਕੋ ਸਤਨਾਮ ਸ੍ਰੀ ਵਾਹਿਗੁਰੂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੋਹਾਂ ਖਾਣ ਵਾਲੇ ਬੋਲੋ ਬਈ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੋਹਾਂ ਖਾਣ ਵਾਲੇ ਜਿਹੜੇ ਕਹਿੰਦੇ ਸੀ ਦਿਨਾਂ ਦੇ ਵਿੱਚ ਬੰਦ ਕਰ ਦੇਵਾਂਗੇ ਮੈਨੂੰ ਦੱਸੋ ਵੀ ਪੰਜਾਬ ਦੇ ਕਿਹੜੇ ਪਿੰਡ ਦੇ ਵਿੱਚੋਂ ਚਿੱਟਾ ਨਹੀਂ ਮਿਲਦਾ ਬੋਲੋ ਵੀ ਸਿੱਖੋ ਇਹ ਦੁਨੀਆ ਦਾ ਸੱਚ ਹੈ ਨਾ ਕਦੀ ਕਿਸੇ ਨੇ ਕਿਹਾ ਵੀ ਇਹ ਭਾਈ ਤੁਸੀਂ ਆਪਣੇ ਬਿਆਨਾਂ ਤੋਂ ਭੱਜੇ ਹੋ ਤੁਸੀਂ ਬਾਬਰ ਨਹੀਂ ਤੁਸੀਂ ਜ਼ਾਬਰ ਹੋ ਬਾਬਾ ਤੁਸੀਂ ਹੀ ਹੋ ਸਾਥੋਂ ਨਹੀਂ ਇਹ ਗੱਲਾਂ ਕਹਿ ਹੁੰਦੀਆਂ ਅਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੈਨੂੰ ਤੁਸੀਂ ਦੱਸੋ ਵੀ ਬਾਬਾ ਨਾਨਕ ਉਹ ਸੱਚ ਦਾ ਬੱਦਲ ਹੈ ਜਗਨਨਾਥਪੁਰੀ ਦੀ ਧਰਤੀ ਤੇ ਵੀ ਗੱਜਦਾ ਤੇ ਜੇ ਜਗਨਨਾਥਪੁਰੀ ਅੱਜ ਦੀ ਜੇ ਆਪਾਂ ਡੇਟ ਲੈ ਲਈਏ 19 ਨਵੰਬਰ 2019 ਦੀ ਗੱਲ ਆਪਾਂ ਕਰ ਲਈਏ ਤੇ ਵੀਰੋ ਤੇ ਭੈਣਾਂ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ ਜਗਨਨਾਥਪੁਰੀ ਵਿੱਚ ਅੱਜ ਇੱਕ ਵੀ ਸਿੱਖ ਪਰਿਵਾਰ ਨਹੀਂ ਹੈ ਅੱਜ ਦੀ ਡੇਟ ਦੇ ਅੰਦਰ ਦੁਨੀਆ ਭਰ ਦੇ ਵਿੱਚ ਸਿੱਖ ਹੈ ਪਰ ਜਗਨਨਾਥਪੁਰੀ ਦੀ ਧਰਤੀ ਤੇ ਇੱਕ ਵੀ ਸਿੱਖ ਪਰਿਵਾਰ ਨਹੀਂ ਹੈ ਤੇ ਚੇਤੇ ਰੱਖਿਆ ਜੇ ਉਦੋਂ ਕਿਹੜਾ ਸਿੱਖ ਪਰਿਵਾਰ ਹੋਵੇਗਾ ਬਾਬੇ ਨੇ ਤੇ ਉਦੋਂ ਵੀ ਸੱਚ ਦਾ ਹੋਕਾ ਦਿੱਤਾ ਅਕੋ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਨੇ ਇਹ ਥੋੜਾ ਵੇਖਿਆ ਵੀ ਮੇਰੇ ਮਗਰ ਕਿੰਨੀ ਲਾਈਨ ਹੈ ਮੇਰੇ ਮਗਰ ਕਿੰਨੇ ਲੋਕ ਨੇ ਬਾਬਾ ਕਹਿੰਦਾ ਸੱਚ ਤੇ ਕੱਲਾ ਹੁੰਦਾ ਸੱਚ ਨੂੰ ਗਵਾਹੀਆਂ ਦੀ ਲੋੜ ਵੀ ਨਹੀਂ ਪੈਂਦੀ ਅਕੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਉਹ ਸੱਚ ਦਾ ਬੱਦਲ ਹੈ ਜੋ ਜਗਨਨਾਥਪੁਰੀ ਦੀ ਧਰਤੀ ਤੇ ਵੀ ਗੱਜਦਾ ਹੈ ਹਰਿਦੁਆਰ ਦੀ ਧਰਤੀ ਤੇ ਵੀ ਗੱਜਦਾ ਹੈ ਅਚਲ ਦੀ ਧਰਤੀ ਤੇ ਵੀ ਗੱਜਦਾ ਹੈ ਮੱਕਾ ਦੀ ਧਰਤੀ ਤੇ ਵੀ ਗੱਜਦਾ ਹੈ ਬਾਬਾ ਤੇ ਆਪਣੀ ਗੱਲ ਬੇਬਾਕੀ ਨਾਲ ਕਹਿੰਦਾ ਨਿਰਭਉ ਹੋ ਕੇ ਤੇ ਅੱਜ ਮੈਂ ਪੁੱਛਣਾ ਚਾਹੁੰਦਾ ਮੈਂ ਥੋੜਾ ਜਿਹਾ ਕੰਪੈਰੀਜ਼ਨ ਕਰਾਂਗਾ ਸਿੱਖੋ ਗੱਲ ਨੂੰ ਬਰੀਕੀ ਵਿੱਚ ਲਿਆ ਜੇ ਜਿਹੜੇ ਸਰਕਾਰੀ ਬੋਲੀ ਬੋਲਦੇ ਆ ਉਹਨਾਂ ਦਾ ਦੱਸੋ ਬਾਬਾ ਫਿਰ ਕੀ ਲੱਗਦਾ ਬਈ ਭਾਵੇਂ ਉਹ ਪ੍ਰਚਾਰਕ ਹੋਵੇ ਮੈਂ ਤਾਂ ਕਹਿੰਦਾ ਪ੍ਰਚਾਰਕ ਵੀ ਵਿੱਚੇ ਰਗੜੋ ਭਾਵੇਂ ਉਹ ਪ੍ਰਬੰਧਕ ਹੋਵੇ ਵਿੱਚੇ ਰਗੜੋ ਭਾਵੇਂ ਸੰਸਥਾਵਾਂ ਹੋਣ ਤੇ ਭਾਵੇਂ ਸੰਸਥਾਵਾਂ ਦੇ ਮੁਖੀ ਹੋਣ ਜੇ ਅੱਜ ਉਹ ਸਰਕਾਰੀ ਬੋਲੀ ਬੋਲਦੇ ਨੇ ਅੱਜ ਦੇ ਬਾਬਰਾਂ ਦੇ ਨਾਲ ਰਲੇ ਨੇ ਤੇ ਬਾਬਰ ਨੂੰ ਜਾਬਰ ਨਹੀਂ ਕਹਿੰਦੇ ਮੈਨੂੰ ਤੁਸੀਂ ਦੱਸੋ ਵੀ ਉਹ ਗੁਰੂ ਨਾਨਕ ਦੇ ਕੀ ਲੱਗਦੇ ਆ ਅਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਗੱਲਾਂ ਵਿਚਾਰੇ ਅੱਜ